ਸਾਡਾ ਜਿਹੜਾ ਅੱਜ ਦਾ ਜੀ ਮੋਟਰਸਾਈਕਲ ਮਾਰਚ ਹੈ ਜੋ ਨਗਰ ਸ਼ਹੀਦਾਂ ਟੋਲ ਪਲਾਜੇ ਤੋਂ ਸ਼ੁਰੂ ਹੋਇਆ ਆ ਅਤੇ ਇਹ ਮੋਟਰਸਾਈਕਲ ਮਾਰਚ ਦਾ ਇੱਕੋ ਇੱਕ ਮਕਸਦ ਆ ਜੀ ਜੋ ਐਮ ਸੀ ਦੀਆਂ ਇਲੈਕਸ਼ਨਾਂ ਨਗਰ ਨਿਗਮ ਦੀਆਂ ਚੋਣਾਂ ਹੁਸ਼ਿਆਰਪੁਰ ਜ਼ਿਲ੍ਹੇ ਦੇ ਵਿੱਚ ਉਹਦੇ ਵਿੱਚ ਆਪਾਂ ਬੀ ਜੇ ਪੀ ਵਾਲੇ ਜਿੰਨੇ ਵੀ ਉਮੀਦਵਾਰ ਖੜ੍ਹੇ ਆ ਜਾਂ ਬੀ ਜੇ ਪੀ ਦਾ ਬਿਲਕੁਲ ਪ੍ਰੋਪਰ ਬਾਈਕਾਟ ਕਰਾਂਗੇ ਉਹਦੇ ਵਾਸਤੇ ਲੋਕਾਂ ਨੂੰ ਅਸੀਂ ਅਵੇਅਰ ਕਰ ਰਹੇ ਹਾਂ ਕਿ ਬੀ ਜੇ ਪੀ ਨੂੰ ਵੋਟ ਨਾ ਪਾਓ ਸ਼ਹਿਰ ਦਿਆਂ ਲੋਕਾਂ ਨੂੰ ਸਾਡੀ ਇਹ ਰਿਕੁਐਸਟ ਆ ਜੀ ਜੇ ਕਿਸਾਨੀ ਰਹੂਗੀ ਤਾਂ ਹੀ ਤੁਸੀਂ ਕਿਸਾਨਾਂ ਦੇ ਖੇਤਾਂ ਤੋਂ ਹੀ ਤੁਹਾਡੇ ਰੋਜ਼ੀ ਰੋਟੀ ਜਿਹੜੀ ਆ ਉੱਥੋਂ ਹੀ ਆਉਂਦੀ ਆ ਸੋ ਤੁਸੀਂ ਸਾਰਿਆਂ ਨੂੰ ਸੂਝਵਾਨ ਆ ਪੜ੍ਹੇ ਲਿਖੇ ਆ ਸਾਰੇ ਸ਼ਹਿਰ ਦੇ ਜਿੰਨੇ ਵੀ ਨਾਗਰਿਕ ਨੇ ਉਹਨਾਂ ਨੂੰ ਇਹੀ ਅਪੀਲ ਆ ਕਿ ਬੀ ਜੇ ਪੀ ਦਾ ਪ੍ਰੋਪਰ ਬਾਈਕਾਟ ਕਰੋ ਅਤੇ ਬੀ ਜੇ ਪੀ ਨੂੰ ਵੋਟ ਨਾ ਪਾਓ ਸਰ ਇੱਥੇ ਤਾਂ ਨੌਬਤ ਕਿਉਂ ਲੈਣੀ ਪਈ ਤੁਹਾਨੂੰ ਜੀ ਇਹਦੇ ਬਾਰੇ ਕਾਰਨ ਦੱਸਿਓ ਦੇਖੋ ਜੀ ਹੁਣ ਤੱਕ ਮੰਨਿਆ ਜਾ ਰਿਹਾ ਕਿ ਜਿਹੜੇ ਬੀ ਜੇ ਪੀ ਦਾ ਗੜ੍ਹ ਹੁਸ਼ਿਆਰਪੁਰ ਨੂੰ ਬੀ ਜੇ ਪੀ ਦਾ ਗੜ੍ਹ ਮੰਨਿਆ ਗਿਆ ਆ ਸੋ ਜੋ ਗਲਤੀਆਂ ਲੋਕਾਂ ਨੇ ਪਹਿਲਾਂ ਕਰ ਲਈਆਂ ਉਹਦਾ ਨਤੀਜਾ ਤਾਂ ਭੁਗਤ ਰਹੀ ਆ ਜੋ ਸਰਕਾਰ ਤਾਨਾਸ਼ਾਹ ਸਰਕਾਰ ਆ ਜੀ ਇਹ ਤਾਨਾਸ਼ਾਹ ਸਰਕਾਰ ਆ ਲੋਕਾਂ 'ਤੇ ਜ਼ੁਲਮ ਕਰ ਰਹੀ ਆ ਅੱਜ ਇਹ ਕਿਸਾਨਾਂ ਦੇ ਖਿਲਾਫ਼ ਹੋਈ ਆ ਤਾਂ ਕੱਲ੍ਹ ਇਹਦੇ ਵਿੱਚ ਵਪਾਰੀ ਵਰਗ ਹਰ ਇੱਕ ਵਰਗ ਦੁਕਾਨਦਾਰ ਮਜ਼ਦੂਰ ਸਾਰੇ ਰਗੜੇ ਜਾਣੇ ਆ ਜੇ ਅੱਜ ਅਸੀਂ ਨਾ ਜਾਗੇ ਤਾਂ ਕੱਲ੍ਹ ਨੂੰ ਜਿਹੜੀ ਸਾਡੀ ਆਉਣ ਵਾਲੀ ਜਨਰੇਸ਼ਨ ਆ ਉਹਦੇ ਵਾਸਤੇ ਆਪਾਂ ਇੱਕ ਸਮਝ ਲਓ ਵੀ ਖੂਹ 'ਚ ਛਾਲ ਮਾਰਨ ਵਾਲੀ ਗੱਲ ਆ ਜੀ ਆਉਣ ਵਾਲੀ ਜਨਰੇਸ਼ਨ ਦਾ ਭਵਿੱਖ ਬਿਲਕੁਲ ਧੁੰਦਲਾ ਸਾਨੂੰ ਨਜ਼ਰ ਆ ਰਿਹਾ ਵਾ ਇਸ ਕਰਕੇ ਆਪਾਂ ਲੋਕਾਂ ਨੂੰ ਅਵੇਅਰ ਕਰ ਰਹੇ ਹਾਂ ਕਿ ਬੀ ਜੇ ਪੀ ਦਾ ਪ੍ਰੋਪਰ ਬਾਈਕਾਟ ਕਰੋ।